ਅਧਿਕਾਰੀਆਂ ਨੇ ਪੁਲ ਦੇ ਉੱਪਰ ਲੱਗੇ ਖੰਭਿਆਂ ਤੋਂ ਬੈਨਰ ਫਾੜ ਦਿੱਤੇ। ਉਸ ਤੋਂ ਬਾਅਦ ਬਸਪਾ ਸਮਰਥਕਾਂ ਨੇ ਪੁਲ ਦੇ ਉੱਪਰ ਇਕੱਠੇ ਹੋ ਕੇ ਨਗਰ ਨਿਗਮ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਿਆਂ ਦੇਖ ਰਹੇ ਮੌਕੇ ਦੇ ਐਸ ਪੀ ਮਨਵਿੰਦਰ ਸਿੰਘ ਪਹੁੰਚੇ। ਕੈਮਰਾਮੈਨ ਪਵਨ ਪਿੰਕਾ ਨਾਲ ਵਿਨੋਦ ਗਲੋਚਾ ਦੀ ਲਾਈਵ ਰਿਪੋਰਟਿੰਗ। ਉਸ ਦੇ ਬਾਰੇ ਐਸ ਡੀ ਐਮ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਾਇਆ। ਉਹਨਾਂ ਨੇ ਦੂਜੀ ਟੀਮ ਨੂੰ ਬੁਲਾਇਆ ਆ, ਉਹ ਆਪਣਾ ਪੱਖ ਰੱਖੂਗੀ। 4 ਵਜੇ ਤੱਕ ਉਹ ਕਹਿੰਦੇ ਵੀ ਅਸੀਂ ਤੁਹਾਡੀ ਇਸ ਐਪਲੀਕੇਸ਼ਨ 'ਤੇ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਦੋਸ਼ੀ ਸਜ਼ਾ ਦੇਵਾਂਗੇ। ਸਾਡੇ ਕੋਲ ਪਰਮਿਸ਼ਨ ਹੈ, ਅਸੀਂ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਦੇ ਰਿਗਾਰਡ ਨਾਲ ਅਸੀਂ ਇਹ ਕਾਪੀਆਂ ਜਿਹੜੀਆਂ ਪਰਮਿਸ਼ਨ ਦੀਆਂ, ਜਿਹਦੇ ਵਿੱਚ ਇਸ ਮੁਲਾਜ਼ਮ ਨਗਰ ਨਿਗਮ ਦੀ ਕੰਸੈਂਟ ਆ, ਨਗਰ ਨਿਗਮ ਦੀ ਕੰਸੈਂਟ ਆ, ਨਗਰ ਨਿਗਮ ਦੀ ਕੰਸੈਂਟ ਦੇ ਨਾਲ ਇਹ 4 ਤਰੀਕ ਤੋਂ ਲੈ ਕੇ 21 ਤਰੀਕ ਤੱਕ ਆਹ ਮਨਜ਼ੂਰੀ ਜਿਹੜੀ ਆ ਇਹਨਾਂ ਵੱਲੋਂ ਨਕੋਦਰ ਰੋਡ ਫਗਵਾੜਾ ਦੇ ਪੋਲ ਅਤੇ ਹੁਸ਼ਿਆਰਪੁਰ ਫਗਵਾੜਾ ਦੇ 40 ਪੋਲਾਂ 'ਤੇ ਸਾਨੂੰ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਆ। ਔਰ ਇਹ ਮਨਜ਼ੂਰੀ ਨੂੰ ਜਾਣਦਿਆਂ ਹੋਇਆਂ ਇਸ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਇਹ ਪੋਸਟਾਂ ਨੂੰ ਡਿਮਾਂਡ ਕੀਤੀ। ਪਾਰਟੀ ਦੀ ਸਾਜ਼ਿਸ਼ ਦੇ ਤਹਿਤ ਬਣ ਗਏ ਜਾਂ ਨਗਰ ਨਿਗਮ ਦੀ ਲਾਪਰਵਾਹੀ ਹੈ? ਇਹ ਜਿਹੜੀਆਂ ਇਸ ਵੇਲੇ ਮੌਜੂਦਾ ਸਰਕਾਰ ਆ ਉਹਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਦਬਾਅ ਹੇਠ ਫੜਵਾਏ ਗਏ। ਇਹ ਬਖਲਾਏ ਹੋਏ ਆ ਸਾਡੀ ਜਿੱਤ ਤੋਂ ਬਖਲਾਏ। 4 ਵਜੇ ਦਾ ਟਾਈਮ ਦਿੱਤਾ ਉਹਨਾਂ, ਅਸੀਂ ਇਹਨਾਂ ਨੂੰ 4 ਵਜੇ ਤੱਕ ਟਾਈਮ ਦਿੱਤਾ ਹੈ, 4 ਵਜੇ ਤੱਕ ਵੀ ਅਸੀਂ ਤੁਹਾਨੂੰ ਇਸ ਐਪਲੀਕੇਸ਼ਨ ਦਾ ਜਵਾਬ ਦੇਵਾਂਗੇ। DDR ਹੁਣੇ ਦਰਜ ਹੋ ਰਹੀ ਹੈ। DDR ਉਸ ਤੋਂ ਬਾਅਦ ਐਕਸ਼ਨ ਅਸੀਂ ਜੋ ਸਾਡੀ ਪਾਰਟੀ ਨਾਲ ਹਾਈ ਕਮਾਂਡ ਕਰੂਗੀ ਇਸ ਮੁੱਦੇ ਨਾਲ। ਮੇਰਾ ਨਾਮ ਨਿਰਦੋਸ਼ ਕੁਮਾਰ ਹੈ। ਹਾਂਜੀ, ਕੀ ਮਾਮਲਾ ਭਾਜੀ? ਮੈਂ ਨਗਰ ਫਾੜਾ ਦੇ ਵਿੱਚ ਕਲਾਣਕ ਦਾ ਕਰਦਾ ਹਾਂ ਅਤੇ ਇਹ ਜਿਹੜੀ ਇਲੈਕਸ਼ਨ ਡਿਊਟੀ ਲੱਗੀ ਹੈਗੀ ਹੈ ਵੋਟ ਲਾਉਣ ਵਾਸਤੇ ਅਲੱਗ ਅਲੱਗ ਏਰੀਏ ਵਿੱਚ, ਉੱਥੇ ਜਾਈ ਆਪਣੀ ਜਿਹੜੀ ਜਾ ਰਿਹਾ ਸੀਗਾ ਮੈਂ ਅਤੇ BSP ਦੇ ਨਾਲ ਸੰਬੰਧਿਤ ਕੈਂਡੀਡੇਟ ਹੈਗਾ ਉਹਦੇ ਵੋਟ ਲਾ ਰਹੇ ਸੀਗੇ। ਹੈਲੋ, ਉਹਨਾਂ ਬੰਦੇ ਲਾ ਰਹੇ ਸੀ, ਮੈਂ ਰੁਕਿਆ ਉੱਥੇ, ਮੈਂ ਪੁੱਛਿਆ ਵੀ ਜਿਹੜਾ ਵੋਟ ਲਾ ਰਹੇ ਆ ਅੱਜ ਮਨਜ਼ੂਰੀ ਦਿਖਾਓ। ਉਹਨੇ ਕਿਹਾ ਵੀ ਸਾਡੀ ਗੱਲ ਕਰੋ, ਮੈਂ ਫੋਨ ਗੱਲ ਕੀਤੀ ਜਿੰਨ ਪ੍ਰਚਾਰ ਨਹੀਂ, ਉਹਨੇ ਗੱਲ ਕੀਤੀ, ਉਹਨੇ ਕਿਹਾ ਮੈਂ ਦਿਖਾਓ ਮਨਜ਼ੂਰੀ ਦਿਖਾਓ, ਮਨਜ਼ੂਰੀ ਦਿਖਾ ਦਿਓ ਜਾਂ ਇੱਥੇ ਆ ਜਾਓ ਗੂਗਲ ਚੌਂਕ 'ਚ ਆ ਜਾਓ ਤਾਂ ਆਪਾਂ ਸਭ ਤੋਂ ਅੱਗੇ ਗੱਲ ਕਰ ਲਈਏ। ਨਾ ਉੱਥੇ ਆਇਓ ਅਤੇ ਨਾ ਉਹਨੇ ਗੱਲ ਕਿਤੇ ਮਨਜ਼ੂਰੀ ਵਾਲ ਕੇ ਦਿਖਾ ਦੇਵਾਂਗੇ। ਮੈਂ ਕਿਹਾ ਦਿਖਾਓ ਫਿਰ ਅਸੀਂ ਕਹਿੰਦੇ ਵੀ ਜਿਹੜੇ ਬੰਦੇ ਨੇ ਵੋਟ ਲਾ ਰਹੇ ਸੀਗੇ ਉਹਨਾਂ ਵੋਟ ਲਾਏ। ਅਧਿਕਾਰੀਆਂ ਦੇ ਆਰੋਪ ਲੱਗਾ ਕਿ ਬੋਰਡ ਅਧਿਕਾਰੀਆਂ ਨੇ ਫਾੜੇ ਆ, ਕੀ ਮਸਲਾ ਹੈ? ਨਹੀਂ, ਕੋਈ ਰਿਪੋਰਟ ਨਹੀਂ ਪਾੜੇ ਸੀ, ਨਾ ਪਤਾ ਫਾੜਦੇ ਹਾਂ, ਨਾ ਕਿਸੇ ਧਾਰਮਿਕ ਬੋਰਡ ਸੀ, ਪਾਰਟੀ ਬੋਰਡ ਸੀਗਾ ਵੀ ਬੋਰਡ ਸੀ, ਉਹ ਵੀ ਜਿਹੜਾ ਬੋਰਡ ਲਾ ਰਹੇ ਸੀ ਮੁਲਾਜ਼ਮਾਂ ਦੇ ਉਹਨਾਂ ਨੇ ਲਾਇਆ ਜੀ, ਉਹਨਾਂ ਨੇ ਆਪ ਪਾੜੇ ਬੋਰਡ, ਉਹਨੇ ਪਾੜੇ ਜੀ। ਤੁਹਾਨੂੰ ਕਿਹੜੀ ਕਿਹੜੀ ਪਾਰਟੀ ਦਾ ਆਰਡਰ ਮਿਲਿਆ ਸੀ ਬੋਰਡ ਲਾਉਣ ਦਾ? ਪਾਰਟੀ ਦਾ ਤੁਹਾਨੂੰ ਸਾਡੀ ਡਿਊਟੀ ਬਣਦੀ ਸੀ, ਅਸੀਂ ਇਲੈਕਸ਼ਨ ਡਿਊਟੀ ਲੱਗੀ ਆ, ਜਿਹਦੇ ਬੋਰਡ ਲੱਗਦੇ ਆ ਹਾਈਵੇ 'ਤੇ ਜਾਂ ਪ੍ਰਾਈਵੇਟ ਜਗ੍ਹਾ 'ਤੇ ਲਾ ਸਕਦੇ ਆ, ਜਿਹੜੇ ਸਰਕਾਰੀ ਜਗ੍ਹਾ 'ਤੇ ਪਰਮਿਸ਼ਨ ਉਹਨਾਂ ਕੋਲ ਹੈਗੀ ਸੀ? ਉਸ ਵੇਲੇ ਮੈਂ ਪੁੱਛਿਆ ਪਰਮਿਸ਼ਨ ਦਿਖਾ ਫਿਰ ਤੁਸੀਂ ਦਿਖਾਈ ਨਹੀਂ। ਅੱਛਾ, ਜਦੋਂ ਵੋਟ ਲੱਗ ਚਲੇ ਗਿਆ ਸੀ ਬਾਅਦ ਪਤਾ ਲੱਗਾ ਪਰਮਿਸ਼ਨ ਹੈਗੀ ਆ ਅਤੇ ਸਾਡੀ ਕੋਈ ਨਾ ਕੋਈ ਇੱਦਾਂ ਪਾਰਟੀ ਦੀ ਬਾਰੀ ਨਹੀਂ, ਅਸੀਂ ਆਪਣੇ ਤੌਰ 'ਤੇ ਡਿਊਟੀ ਦੀ ਕੀਤੀ। ਪੁਲਿਸ ਨੇ ਕੀ ਕੀਆ ਤੁਹਾਨੂੰ? ਹਾਂਜੀ, ਪੁਲਿਸ ਨੇ ਕੀ ਕੀਆ ਤੁਹਾਨੂੰ? ਉਹਨਾਂ ਨੇ ਦੱਸਿਆ ਜੀ, ਮੈਂ ਕਿਹਾ ਜੀ ਅਸੀਂ ਆਪਣੀ ਡਿਊਟੀ ਕੀਤੀ ਆ, ਬੋਰਡ ਨੇ ਆਪਣੇ ਬੰਦੇ ਲਾ ਰਹੇ ਸੀ, ਬੋਰਡ ਆਪ ਤੁਹਾਡੇ ਆਪ ਲਾਏ ਆ ਜੀ, ਅਸੀਂ ਆਪਣਾ ਚਲੇ ਗਏ, ਸਾਡਾ ਕੋਈ ਬਾਕੀ ਕੋਈ ਮਸਲਾ ਨਹੀਂ ਹੈਗਾ। ਪਰ ਤੁਹਾਡੇ ਅਧਿਕਾਰੀਆਂ ਵੱਲੋਂ ਕੁਝ ਦਿਨ ਪਹਿਲਾਂ ਕਾਂਗਰਸੀਆਂ ਦੇ ਬੋਰਡ ਵੀ ਪਾੜੇ ਗਏ ਆ ਨਗਰ ਨਿਗਮ ਵੱਲੋਂ, ਉਹਨਾਂ ਬਾਰੇ ਕੀ ਕਹਿਣਾ ਤੁਹਾਡਾ?
ਉਹ ਫਿਰ ਮੈਨੂੰ ਉਹਦਾ ਉਹਨਾਂ ਪਤਾ ਹੋਈ ਪਤਾ ਆਪਣਾ ਆਪਣੀ ਆਦਮੀ ਵਾਲੀ ਕਰਦਾ ਵੀ ਅਸੀਂ ਆਪਣੀ ਅਸੀਂ ਟੀਮ ਨੂੰ ਕਿਸੇ ਚੀਜ਼ਾਂ ਕਰਦੇ ਹਾਂ ਕੋਈ ਪਾਰਟੀ ਵਾਲੀ ਦੋ ਸਰਕਾਰ ਦੀ ਜੁੜ ਹਦਾਇਤਾਂ ਅਸੀਂ ਉਹ ਜੁੜੀ ਕਰਦੇ ਹਾਂ। ਇਹ ਬੀ ਐਸ ਪੀ ਵੱਲੋਂ ਕੰਪਲੇਂਟ ਮਿਲੀ ਹੈ ਕਿ ਸਾਡੇ ਪੋਸਟ ਜਿਨ੍ਹਾਂ ਦੀ ਅਸੀਂ ਮਨਜ਼ੂਰੀ ਲੈ ਕੇ ਲਗਾਈ ਗਈ ਸੀ ਕਾਰਪੋਰੇਸ਼ਨ ਵੱਲੋਂ ਤਾਂ ਕਿਰਾਂ ਤੋਂ ਅੱਜ ਤੱਕ। ਅੱਛਾ ਜੀ, ਅਤੇ ਉਹਦੀ ਹੁਕਮਤ ਦਾ ਵੱਖ ਪੁੱਛਾਂਗੇ ਕਾਰਪੋਰੇਸ਼ਨ ਦਾ ਵੱਖ ਪੁੱਛ ਕੇ ਜੋ ਵੀ ਬੰਦੀ ਕਰਵਾਈ ਜੇ। ਸਰ ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈਗੀ ਆ, ਉਹ ਇਸ ਟਾਈਮ ਮੀਡੀਆ ਨੂੰ ਦਿਖਾਉਂਦੇ ਪਏ ਸੀ ਬਾਅਦ ਤੁਹਾਨੂੰ ਵੀ ਇੱਦਾਂ ਦਿਖਾ ਕੇ ਗਏ ਆ ਵੀ ਕੀ ਫਿਰ ਵੀ ਉਹ ਪਰਮਿਸ਼ਨ ਲੱਗਣ ਤੋਂ ਬਾਅਦ ਵੀ ਪਰਮਿਸ਼ਨ ਮਿਲਣ ਤੋਂ ਬਾਅਦ ਫਿਰ ਵੀ ਵੋਟ ਉਤਾਰੇ ਗਏ ਦੇ ਵਿੱਚ ਇਹ ਉਹ ਜਿਹੜਾ ਇਹ ਇੱਕ ਪੱਖ ਹੈ। ਉਸ ਤੋਂ ਬਾਅਦ ਜਿਹੜੇ ਮੇਰੇ ਉਤਾਰੇ ਨੇ ਉਹਨਾਂ ਦਾ ਵੱਖ ਪੁੱਛਾਂਗੇ ਆਪਾਂ ਜੇ ਪਰਮਿਸ਼ਨ ਸੀਗੀ ਪ੍ਰੋਪਰ ਲੱਗੀ ਸੀ ਨਹੀਂ ਉਤਾਰਨੀ ਚਾਹੀਦੀ ਸੀ। ਅਤੇ ਕੀ ਉਹ ਮੁਲਾਜ਼ਮਾਂ 'ਤੇ ਕੀ ਐਕਸ਼ਨ ਹੋਏਗਾ ਜੀ? ਤੁਹਾਨੂੰ ਉਹ ਪੇਪਰ ਦੇ ਕੇ ਉੱਥੇ ਪਰਮਿਸ਼ਨ ਹੈ ਜੀ ਕਦੋਂ ਤੱਕ ਦੀ, ਕਦੋਂ ਤੱਕ ਹੈਗੀ, ਕਦੋਂ ਲਈ ਸੀ ਉਹਨਾਂ ਨੇ, ਕਦੋਂ ਤੱਕ ਸਮਾਪਤੀ ਲਈ? ਪੇਪਰ ਤੁਹਾਨੂੰ ਦੇ ਕੇ ਗਏ ਤੁਸੀਂ ਪੜ੍ਹੇ ਲਿਆਉਣੇ ਪਰਮਿਸ਼ਨ ਹੈਗੀ ਹੈ ਨਾ? ਕਿਸ ਰੋਡ ਦੇ ਪਰਮਿਸ਼ਨ ਲਈ ਉਹਨਾਂ ਨੇ? ਹਾਂਜੀ, ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਨੂੰ? ਇਹਦੀ ਇਨਕੁਆਇਰੀ ਹੋਈ ਸੀ, ਸਟੈਂਡਰਡ ਸਿਸਟਮ ਹੈ ਜੀ, ਅਸੀਂ ਦੋਨਾਂ ਧਿਰਾਂ ਨੂੰ ਪੁੱਛਦੇ ਹਾਂ, ਇੱਕ ਬੰਦਾ ਕੰਪਲੇਂਟ ਕਰਦਾ ਫਿਰ ਦੂਜੇ ਨੂੰ ਪੁੱਛਦਾ ਜਿਹੜੇ ਅਗੇਂਸਟ ਕੰਪਲੇਂਟ ਹੁੰਦੀ ਹੈ ਜੋ ਵੀ ਰਿਪਲਾਈ ਹੁੰਦਾ ਉਹਦੇ ਮੁਤਾਬਕ ਅਸੀਂ ਕਰਵਾਈ ਕਰਾਂਗੇ। ਯਾਨੀ ਜੋ ਆਰੋਪ ਲਗਾ ਰਿਹਾ ਕਿ ਕਿਸੇ ਪਾਰਟੀ ਸਾਜ਼ਿਸ਼ ਦੇ ਤਹਿਤ ਪੋਸਟਰ ਫੜ ਕੇ ਕਿ ਤੁਹਾਡੇ ਕੋਲ ਪਰਮਿਸ਼ਨ ਦੀ ਕਾਪੀ ਅਵੇਲੇਬਲ ਕਰਵਾਉਣੀ ਹੈ। ਕੋਈ ਸਾਜ਼ਿਸ਼ ਦੀ ਗੱਲ ਹੈ, ਆਈ ਹੈਵ ਸ਼ੋਰ ਦੈਮ ਕਿ ਅਸੀਂ ਇੱਥੇ ਇਸ ਵਾਸਤੇ ਆ ਕਿ ਕੋਈ ਸਾਜ਼ਿਸ਼ ਨਹੀਂ ਹੋਣੀ ਦਿੱਤੀ ਜਾਏਗੀ, ਕਿਸੇ ਨੂੰ ਦਬਾਇਆ ਧਮਕਾਇਆ ਨਹੀਂ ਜਾਏਗਾ, ਕਿਸੇ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ। ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੇਰਾ ਫੋਨ 24 ਘੰਟੇ ਔਨ ਹੁੰਦਾ ਵੀ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦੀ ਗੱਲ ਲੱਗੇ ਵੀ ਸਾਡਾ ਕੋਈ ਯਾਦ ਕਰੀਏ ਮੈਂ ਸਾਈਡ 'ਤੇ ਖੁਦ ਆ ਜਾਵਾਂ।